ਡੀਏਜੀਐਮਸੀ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੈ। ਵੋਟਿੰਗ 26 ਫਰਵਰੀ ਨੂੰ ਹੋਣੀ ਹੈ ਤੇ ਵੋਟਿੰਗ ਤੋਂ ਪਹਿਲਾਂ ਇਲਜ਼ਾਮ ਤਰਾਸ਼ਣ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵਿਰੋਧੀ ਧਿਰ ਦੇ 5 ਸਾਲਾਂ ਦੇ ਕੰਮਕਾਜ ਤੇ ਇੱਕ ਮੈਗਜ਼ੀਨ ਜਾਰੀ ਕੀਤੀ ਹੈ ਜਿਸ ਦੇ ਜ਼ਰੀਏ 5 ਸਾਲਾਂ ਦੀ ਨਾਕਾਮੀਆਂ ਗਿਣਵਾਈਆਂ ਜਾ ਰਹੀਆਂ ਨੇ। ਉਜਾੜਾ ਹੀ ਉਜਾੜਾ ਇਹ ਟਾਈਟਲ ਹੈ ਉਸ ਮੈਗਜ਼ੀਨ ਦਾ ਜੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਛਾਪਿਆ ਗਿਆ। ਸਰਨਾ ਧੜੇ ਵੱਲੋਂ ਇਸ ਮੈਗਜ਼ੀਨ ਦੇ ਜ਼ਰੀਏ ਮੌਜੂਦਾ ਕਮੇਟੀ ਦੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੀਤੇ ਕਾਰਜਾਂ ਦੇ ਪੋਤੜੇ ਫਰੋਲੇ ਗਏ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਪ੍ਰਧਾਨ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਂਦੇ ਕਿਹਾ ਕਿ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਉਹ ਇਹਨਾਂ ਘੁਟਾਲਿਆਂ ਦੀ ਜਾਂਚ ਕਰਵਾਉਣਗੇ ਅਤੇ ਵਿਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਵੱਲ ਕਦਮ ਵਧਾਉਣਗੇ। ਉਹਨਾਂ ਨੇ 4 ਸਾਲਾਂ ਦੇ ਵਿੱਚ ਸਿਰਫ 1.5-2 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਿਹੜਾ ਇਟਸੈਲਫ ਦੱਸਦਾ ਹੈ ਕਿ ਇੱਥੇ ਕਰਪਸ਼ਨ ਹੋਈ ਹੈ, ਦੱਬ ਕੇ ਲੁੱਟਿਆ ਇਹਨਾਂ ਨੇ। ਬਾਕੀ ਇਸ ਤੋਂ ਇਲਾਵਾ ਇਹਨਾਂ ਨੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਚੋਣ ਮਨਿਸਟਰ 'ਚ ਲਿਖਿਆ ਸੀ ਵੀ ਅਸੀਂ 12 ਸਕੂਲ ਖੋਲਾਂਗੇ, 4 ਕਾਲਜ ਖੋਲਾਂਗੇ, ਯੂਨੀਵਰਸਿਟੀ ਬਣਾਵਾਂਗੇ। ਉਹ ਪਤਾ ਨਹੀਂ ਕਿਹੜੀ ਯੂਨੀਵਰਸਿਟੀ ਵਿਭਾਗ ਬਣਾਈ ਨੇ, ਕਿਹੜੇ ਸਕੂਲ ਆਵਾਜ਼ ਖੋਲ੍ਹੇ ਨੇ, ਕਿਹੜੇ ਕਾਲਜ ਆਵਾਜ਼ ਖੋਲ੍ਹੇ ਨੇ। ਮੈਨੂੰ ਤਾਂ ਹਵਾ ਵਿੱਚ ਵੀ ਕੋਈ ਦੇ ਨਕਸ਼ੇ ਵੀ ਬਣੇ ਹੋਏ ਨਹੀਂ ਨਜ਼ਰ ਆਉਂਦੇ। ਵਿਰੋਧੀ ਪਾਰਟੀ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਵਾਲੇ ਪਰਮਜੀਤ ਸਿੰਘ ਸਰਨਾ ਨੇ ਕਮੇਟੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਗੁਰਦੁਆਰਿਆਂ ਦੇ ਸੁਧਾਰ ਲਈ ਆਪਣੀ ਪਾਰਟੀ ਦਾ ਰੋਡ ਮੈਪ ਵੀ ਦੱਸਿਆ। ਕਰਪਸ਼ਨ ਖਤਮ ਕਰ, ਜਦ ਕਰਪਸ਼ਨ ਕਰਾਂਗਾ ਇੰਨੀ ਤਾਂ ਖਤਮ ਹੋ ਗਈ, ਜਦ ਅਸੀਂ ਨਹੀਂ ਕਰਾਂਗੇ ਤਾਂ ਹੇਠਲੇ ਕਿਉਂ ਕਰਨਗੇ? ਔਰ ਤੁਹਾਨੂੰ ਅਸੀਂ ਦੱਸ ਦਿਆਂਗੇ ਜਿਹੜੀ ਆਮਦਨ ਹੈ 1 ਸਾਲ ਦੇ ਵਿੱਚ ਮੇਰੇ ਹਿਸਾਬ ਸਿਰ 30 ਕਰੋੜ ਰੁਪਏ ਆਮਦਨ ਵਧੇ। 2017 ਦੀਆਂ ਡੀਐਸਜੀਐਮਸੀ ਚੋਣਾਂ ਲਈ ਮੈਦਾਨ 'ਚ ਇਸ ਵਾਰ ਕੁੱਲ 5 ਪਾਰਟੀਆਂ ਕੁੱਦੀਆਂ ਨੇ। ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਹੁਣ ਮੈਦਾਨ 'ਚ ਕੁੱਲ 420 ਉਮੀਦਵਾਰ ਨੇ, ਜਿਨ੍ਹਾਂ 'ਚੋਂ ਕਈ ਆਜ਼ਾਦ ਉਮੀਦਵਾਰ ਵੀ ਨੇ। ਪਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਰਮਿਆਨ ਹੀ ਹੈ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।